ਅੱਜ ਦੀ ਪ੍ਰੈਸ ਕਾਨਫਰੰਸ ਅਸੀਂ ਕਰ ਰਹੇ ਹਾਂ ਰਾਈਟ ਟੂ ਐਜੂਕੇਸ਼ਨ ਐਕਟ ਦੇ ਬਾਰੇ ਜੋ ਕੇਂਦਰ ਸਰਕਾਰ ਦਾ ਬਣਾਇਆ ਗਿਆ ਕਾਨੂੰਨ ਹੈ ਅਤੇ ਪੰਜਾਬ ਸਰਕਾਰ ਨੇ ਆਪਣੇ ਜੋ ਨਿਯਮ ਬਣਾਏ ਸੀਗੇ 2010 ਅਕਤੂਬਰ ਨੂੰ 2011 ਵਿੱਚ ਉਹਦੇ ਖਿਲਾਫ ਜੋ ਬਣਾਏ ਸੀ ਉਹਦੇ ਬਾਰੇ ਅਸੀਂ ਅੱਜ ਪ੍ਰੈਸ ਦੇ ਮਿੱਤਰਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਪ੍ਰੈਸ ਦੇ ਸਾਰੇ ਸਾਥੀ ਜਿਹੜੇ ਇੱਥੇ ਆਏ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅਤੇ ਮੇਰੇ ਨਾਲ ਨੇ ਸ਼੍ਰੀ ਟੀ ਆਰ ਸਰਿੰਗਲ ਜੀ IAS ਰਿਟਾਇਰਡ ਪੰਜਾਬ ਸਰਕਾਰ ਤੋਂ ਸ਼੍ਰੀ ਕਿਰਪਾਲ ਸਿੰਘ ਜੀ AG ਪੰਜਾਬ ਤੋਂ ਸਰਦਾਰ ਫਤਿਹਜੰਗ ਸਿੰਘ ਜੀ ਜੁਆਇੰਟ ਡਾਇਰੈਕਟਰ ਐਗਰੀਕਲਚਰ ਰਿਟਾਇਰਡ ਪੰਜਾਬ ਸਰਕਾਰ ਸ਼੍ਰੀ OP ਚੋਪੜਾ ਜੀ ਪੰਜਾਬ ਸਰਕਾਰ ਤੋਂ ਰਿਟਾਇਰ ਹੋਏ ਨੇ ਜਸਵਿੰਦਰ ਸਿੰਘ ਜੀ ਐਜੂਕੇਸ਼ਨ ਮਹਿਕਮੇ ਤੋਂ ਰਿਟਾਇਰ ਹੋਏ ਨੇ ਅਤੇ ਨਾਲ ਨੇ ਸਾਡੇ ਤਸੀਮ ਜੀ ਇਹ ਇੰਸ਼ੋਰੈਂਸ ਕੰਪਨੀ ਦੇ ਵਿੱਚੋਂ ਰਿਟਾਇਰ ਹੋਏ ਨੇ ਧੰਨਵਾਦ ਸੰਵਿਧਾਨ ਸਾਰੀਆਂ ਜਿਹੜੇ ਇਕੁਅਲ ਅਪਰਚੁਨਿਟੀ ਜਿਹੜੇ ਬਰਾਬਰ ਦੇ ਅਧਿਕਾਰ ਸਾਰੇ ਦੇਸ਼ ਦੇ ਵਾਸੀਆਂ ਨੂੰ ਦਿੰਦਾ ਹੈਗਾ ਇਸੇ ਤਰ੍ਹਾਂ ਹੀ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਕਿ ਸਾਰੀ ਵਿੱਦਿਆ ਦੇ ਖੇਤਰ ਵਿੱਚ ਵੀ ਐਜੂਕੇਸ਼ਨ ਦੇ ਖੇਤਰ ਵਿੱਚ ਵੀ ਬਰਾਬਰ ਦੇ ਅਧਿਕਾਰ ਮਿਲਣਗੇ ਔਰ ਬਰਾਬਰ ਦੀ ਪੜ੍ਹਾਈ ਦਾ ਅਧਿਕਾਰ ਸਾਰੇ ਬੱਚਿਆਂ ਨੂੰ ਚਾਹੇ ਉਹ ਗਰੀਬ ਹੋਵੇ ਅਮੀਰ ਹੋਵੇ ਕਿਸੇ ਵੀ ਧਰਮ ਨਾਲ ਜਾਤੀ ਦਾ ਸੰਬੰਧ ਰੱਖਦੇ ਹੋਣ ਰਾਈਟ ਟੂ ਐਜੂਕੇਸ਼ਨ ਜਿਹੜਾ ਇੱਕ ਮੌਲਿਕ ਅਧਿਕਾਰ ਫੰਡਾਮੈਂਟਲ ਰਾਈਟ ਨਹੀਂ ਸੀਗਾ ਪਹਿਲਾਂ ਇਹ 2002 ਦੇ ਵਿੱਚ ਜਦੋਂ 86ਵੀਂ ਸੋਧ ਸੰਵਿਧਾਨ ਦੀ ਕੀਤੀ ਗਈ ਉਹਦੇ ਵਿੱਚ ਇਹ ਫੰਡਾਮੈਂਟਲ ਰਾਈਟ ਬਣਾਇਆ ਫੰਡਾਮੈਂਟਲ ਰਾਈਟ ਬਣਾਉਣ ਦਾ ਕੀ ਮਕਸਦ ਸੀ ਕਿ ਸਿੱਖਿਆ ਦਾ ਅਧਿਕਾਰ ਜਿਹੜਾ ਹੈਗਾ ਜਾਂ ਸਿੱਖਿਆ ਦਾ ਖੇਤਰ ਜਿਹੜਾ ਹੈਗਾ ਇਹ ਇੰਨਾ ਮਹੱਤਵਪੂਰਨ ਹੈ ਸਮਝਿਆ ਸਰਕਾਰ ਨੇ ਕਿ ਇਹ ਸਾਰੇ ਬੱਚਿਆਂ ਨੂੰ ਮਿਲਣਾ ਚਾਹੀਦਾ ਹੈ ਇਹਦਾ ਮਤਲਬ ਇਹ ਹੈ ਕਿ ਅਗਰ ਕਿਸੇ ਨੂੰ ਸਰਕਾਰੀ ਜਾਂ ਪ੍ਰਾਈਵੇਟ ਸੰਸਥਾਵਾਂ ਦੇ ਵਿੱਚ ਸਿੱਖਿਆ ਨਹੀਂ ਮਿਲਦੀ ਜਾਂ ਐਜੂਕੇਸ਼ਨ ਨਹੀਂ ਮਿਲਦੀ ਤੋ ਅਦਾਲਤਾਂ ਵਿੱਚ ਜਾ ਕੇ ਆਪਣਾ ਐਡਮਿਸ਼ਨ ਲੈ ਸਕੇ ਇਹਦਾ ਮਤਲਬ ਇਹ ਹੈ ਕਿ ਉਸ ਤੋਂ ਪਹਿਲਾਂ ਸੀਗਾ ਕਿ ਤੁਸੀਂ ਅਦਾਲਤਾਂ ਵਿੱਚ ਜਾ ਕੇ ਆਪਣੇ ਅਧਿਕਾਰ ਨੂੰ ਆਪਣੇ ਜਿਹੜਾ ਹੈਗਾ ਉਹਨੂੰ ਪ੍ਰਾਪਤ ਨਹੀਂ ਸੀ ਕਰ ਸਕਦੇ ਇਹਨੂੰ ਅੱਗੇ ਚੱਲਦੇ ਹੋਏ ਇਸ ਚੀਜ਼ ਨੂੰ ਸਿੱਖਿਆ ਦੇ ਅਧਿਕਾਰ ਦੀ ਮਹੱਤਤਾ ਨੂੰ ਸਮਝਦੇ ਹੋਏ ਸਰਕਾਰ ਨੇ 2009 ਦੇ ਵਿੱਚ ਰਾਈਟ ਆਫ ਚਿਲਡਰਨ ਟੂ ਫਰੀ ਐਂਡ ਕੰਪਲਸਰੀ ਐਜੂਕੇਸ਼ਨ ਐਕਟ 2009 ਦੇ ਵਿੱਚ ਬਣਾਇਆ ਜੋ ਕਿ 1 ਅਪ੍ਰੈਲ 2010 ਤੋਂ ਲਾਗੂ ਹੋਣਾ ਸੀਗਾ ਪੂਰੇ ਏਰੀਆ ਦੇ ਵਿੱਚ ਔਰ ਇਹਦੇ ਵਿੱਚ ਇੱਕ ਜਿਹੜਾ ਰੂਲ ਇਹਨਾਂ ਦਾ 38 ਹੈਗਾ ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਜਿਹੜੇ ਸਾਰੇ ਰਾਜ ਹੈਗੇ ਸੂਬੇ ਹੈਗੇ ਆ ਯੂਨੀਅਨ ਟੈਰੀਟਰੀਜ ਹੈਗੀਆਂ ਉਹ ਇਸ ਐਕਟ ਨੂੰ ਲਾਗੂ ਕਰਨ ਦੇ ਲਈ ਆਪਣੇ ਨਿਯਮ ਬਣਾਉਣਗੇ ਇੱਕ ਸਾਰੇ ਦੋਸਤਾਂ ਨੂੰ ਮੈਂ ਪ੍ਰੈਸ ਦੇ ਦੋਸਤਾਂ ਨੂੰ ਦੱਸਣਾ ਚਾਹੁੰਦਾ ਕਿ ਪੂਰੇ ਭਾਰਤ ਦੇ ਵਿੱਚ ਜਿੰਨੇ ਵੀ ਸੂਬੇ ਨੇ ਜਿੰਨੇ ਵੀ ਰਾਜ ਨੇ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਇੱਕ ਨੂੰ ਲਾਗੂ ਹੋ ਗਿਆ ਔਰ ਇਹਦੇ ਵਿੱਚ ਜਿਹੜੀ ਮਹੱਤਵਪੂਰਨ ਗੱਲ ਦੇ ਕਰਨ ਦੇ ਲਈ ਆਪਾਂ ਇੱਥੇ ਅੱਜ ਇਕੱਠੇ ਹੋਏ ਹਾਂ ਉਹ ਇਹ ਹੈਗੀ ਹੈ ਕਿ ਇਹਦਾ ਜਿਹੜਾ ਰਾਈਟ ਟੂ ਐਜੂਕੇਸ਼ਨ ਐਕਟ ਦੇ ਮੁਤਾਬਕ ਜਿਹੜਾ ਸੈਕਸ਼ਨ 12(1)(c) ਹੈਗਾ ਉਹਦੇ ਵਿੱਚ ਇਹ ਕਿਹਾ ਗਿਆ ਹੈਗਾ ਕਿ ਜਿਹੜੇ ਗਰੀਬ ਬੱਚੇ ਹੈਗੇ ਆ ਗਰੀਬ ਬੱਚੇ ਤਾਂ ਮਤਲਬ ਹੈ ਕਿ ਜਿਹੜੇ ਵੀਕਰ ਸੈਕਸ਼ਨ ਨੂੰ ਬਿਲੋਂਗ ਕਰਦੇ ਆ ਅਤੇ ਡਿਸਐਡਵਾਂਟੇਜ ਗਰੁੱਪ ਨੂੰ ਬਿਲੋਂਗ ਕਰਦੇ ਆ ਉਹਨਾਂ ਨੂੰ 25% ਜਿਹੜੀਆਂ ਸੀਟਸ ਹੈਗੀਆਂ 25% ਦਾਖਲੇ ਐਡਮਿਸ਼ਨ ਹੈਗੇ ਆ ਉਹ ਪ੍ਰਾਈਵੇਟ ਅਨਏਡਡ ਸਕੂਲ ਦੇ ਵਿੱਚ ਇਹਨਾਂ ਨੂੰ ਮਿਲਣਗੇ ਇਹ ਸੈਕਸ਼ਨ 12(1)(c) ਦੱਸਦਾ ਹੈਗਾ ਲੇਕਿਨ ਜਿਹਦੇ ਲਈ ਆਪਾਂ ਅੱਜ ਇਹ ਵਾਰਤਾ ਕਰ ਰਹੇ ਹਾਂ ਉਹ ਇਹ ਹੈਗੀ ਕਿ ਪੰਜਾਬ ਸਰਕਾਰ ਨੇ ਇਸ ਐਕਟ ਨੂੰ ਜਦੋਂ ਲਾਗੂ ਕਰਨ ਦੇ ਲਈ ਆਪਣੇ ਰੂਲ ਬਣਾਏ ਰੂਲ ਬਣਾਉਂਦੇ ਸਮੇਂ ਉਹਨਾਂ ਨੇ ਜਿਹੜੀ ਨੋਟੀਫਿਕੇਸ਼ਨ 10 ਅਕਤੂਬਰ 2011 ਨੂੰ ਕੀਤੀ ਸੀ ਉਹਦੇ ਮੁਤਾਬਕ ਇਹ ਸੀਗਾ ਕਿ ਪਹਿਲਾਂ ਪੰਜਾਬ ਦੇ ਜਿਹੜੇ ਬੱਚੇ ਆ ਉਹ ਸਰਕਾਰੀ ਸਕੂਲਾਂ ਵਿੱਚ ਜਾਣਗੇ ਔਰ ਅਗਰ ਸਰਕਾਰੀ ਸਕੂਲਾਂ ਦੇ ਵਿੱਚੋਂ ਬੱਚਿਆਂ ਨੂੰ ਐਡਮਿਸ਼ਨ ਨਹੀਂ ਮਿਲਦਾ ਫਿਰ ਉਹ ਅਨਏਡਡ ਪ੍ਰਾਈਵੇਟ ਸਕੂਲਾਂ ਵਿੱਚ ਜਾ ਸਕਦੇ ਆ ਜਿਹੜੀ ਇੱਕ ਅਦੀ ਮਹੱਤਵਪੂਰਨ ਮਦ ਇਹ ਹੈਗੀ ਆ ਕਿ ਜਿਹੜਾ 7(4) ਇਹਨਾਂ ਨੇ ਕਾਨੂੰਨ ਬਣਾਇਆ ਉਹਦੇ ਵਿੱਚ ਇਹ ਜਿਹੜਾ ਬਣਾਇਆ ਉਹਦੇ ਵਿੱਚ ਜਿਹੜੀ NOC ਦੀ ਕੰਡੀਸ਼ਨ ਪਾਈ ਉਹ NOC ਦੀ ਕੰਡੀਸ਼ਨ ਪਾਉਣ ਕਰਕੇ ਅੱਜ 2010 ਤੋਂ ਲੈ ਕੇ 2023 ਹੋ ਗਿਆ 13 ਸਾਲ ਹੋ ਗਏ 13 ਵਿੱਦਿਅਕ ਵਰ੍ਹੇ ਬੀਤ ਗਏ ਆ ਔਰ ਪੰਜਾਬ ਸਰਕਾਰ ਨੇ 1 ਵੀ NOC ਪੰਜਾਬ ਰਾਜ ਦੇ ਵਿੱਚੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਕੂਲਾਂ ਵੱਲੋਂ ਕਿਸੇ ਵੀ ਬੱਚੇ ਨੂੰ ਇਹ ਜਾਰੀ ਨਹੀਂ ਕੀਤੀ ਗਈ ਜਿਸ ਕਰਕੇ 1 ਵੀ ਬੱਚੇ ਦਾ ਜਿਹੜਾ ਦਾਖਲਾ ਆ ਪ੍ਰਾਈਵੇਟ ਅਨਏਡਡ ਸਕੂਲ ਦੇ ਵਿੱਚ ਨਹੀਂ ਹੋ ਸਕਦਾ ਇਹਦੇ ਵਿੱਚ ਇੱਕ ਹੋਰ ਮਹੱਤਵਪੂਰਨ ਜਿਹੜੀ ਗੱਲ ਸਮਝਣ ਵਾਲੀ ਹੈ ਐਲੀਮੈਂਟਰੀ ਐਜੂਕੇਸ਼ਨ ਦੀ ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ ਜੋ ਲਿਖਿਆ ਗਿਆ ਹੈਗਾ ਕਿ 1ਲੀ ਕਲਾਸ ਤੋਂ ਲੈ ਕੇ 8ਵੀਂ ਕਲਾਸ ਤੱਕ ਜਿਹੜੀ ਵਿੱਦਿਆ ਆ ਉਹ ਜਿਹੜਾ ਰਾਈਟ ਟੂ ਐਜੂਕੇਸ਼ਨ ਐਕਟ ਬਣਿਆ ਉਹ ਫਰੀ ਹੋਣੀ ਹੈ ਫਰੀ ਮਤਲਬ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਕੋਈ ਫੀਸ ਦੇਣ ਦੀ ਲੋੜ ਨਹੀਂ ਹੈਗੀ ਇਹ 1ਲੀ ਕਲਾਸ ਤੋਂ ਲੈ ਕੇ 8ਵੀਂ ਤੱਕ ਔਰ ਉਸ ਤੋਂ ਬਾਅਦ ਇਹ ਪ੍ਰੀ ਨਰਸਰੀ ਤੋਂ ਲੈ ਕੇ 8ਵੀਂ ਤੱਕ ਕਰ ਦਿੱਤੀ ਗਈ ਇਹਦੇ ਨਾਲ ਇਹ ਸੀਗਾ ਕਿ ਜਿਹੜੇ 6 ਸਾਲ ਤੋਂ 14 ਸਾਲ ਦੇ ਬੱਚੇ ਆ ਇਹ ਸਿੱਖਿਆ ਦਾ ਮਹੱਤਵ ਇੰਨਾ ਹੈਗਾ ਕਿ ਤੁਸੀਂ ਇਹ ਜਿਹੜੀ ਵਿੱਦਿਆ ਹੈਗੀ ਉਹ ਬੱਚਿਆਂ ਨੂੰ ਫਰੀ ਦਿਓਗੇ ਲੇਕਿਨ ਪੰਜਾਬ ਹੀ ਇੱਕ ਇੱਦਾਂ ਦਾ ਇਕਲੌਤਾ ਨਵੇਕਲਾ ਰਾਜ ਹੈਗਾ ਜਿਹੜਾ ਸੂਬਾ ਹੈਗਾ ਜਿਹਨੇ ਕਿ ਇਹ ਕਾਨੂੰਨ ਨੂੰ ਲਾਗੂ ਕਰਨ ਦੀ ਬਜਾਏ ਜਿਹੜੇ ਆਪਣੇ ਰੂਲਸ ਦੇ ਵਿੱਚ ਪੰਜਾਬ ਰਾਈਟ ਟੂ ਐਜੂਕੇਸ਼ਨ ਰੂਲ 2011 ਜਿਹੜੇ ਬਣਾਏ ਉਹਦੇ ਵਿੱਚ ਇਹ ਕਿਹਾ ਗਿਆ ਕਿ ਅਸੀਂ ਇਹਨੂੰ ਆਪਣੇ ਜਿਹੜੀ ਕੰਡੀਸ਼ਨ ਪਾਤੀ ਉਹਦੇ ਵਿੱਚ ਵੀ ਸਾਡੇ ਜਿਹੜੇ ਸਕੂਲ ਹੈਗੇ ਆ ਉਹਨਾਂ ਵਿੱਚ ਬੱਚੇ ਜਾਣਗੇ ਜੇ ਐਡਮਿਸ਼ਨ ਨਹੀਂ ਮਿਲਦਾ ਤੇ ਫਿਰ ਅਸੀਂ ਤੁਹਾਨੂੰ NOC ਦੇਵਾਂਗੇ ਤਾਂ ਤੁਸੀਂ ਜਿਹੜੇ ਅਨਰੇਟਡ ਪ੍ਰਾਈਵੇਟ ਸਕੂਲ ਉੱਥੇ ਐਡਮਿਸ਼ਨ ਲਓਗੇ
और एक बहुत ही जिहड़ी जिहड़ा एक चिंता का विषय है जिहड़ा कि मैं थोड़े नाल साझा करना चाहुंदा ਅਸੀਂ ਜਿਹੜੇ ਸਾਰੇ ਇੱਥੇ ਇਕੱਠੇ ਹੋਏ ਆ ਸਾਡੀਆਂ ਅਲੱਗ ਅਲੱਗ ਸੰਸਥਾਵਾਂ ਵੱਲੋਂ ਕਿ 13 ਸਾਲਾਂ ਵਿੱਚ 10 ਲੱਖ ਦੇ ਕਰੀਬ ਬੱਚਿਆਂ ਨੂੰ ਮਿਆਰੀ ਵਿੱਦਿਆ ਕੁਆਲਿਟੀ ਐਜੂਕੇਸ਼ਨ ਨਹੀਂ ਮਿਲ ਸਕੀ ਪਿਛਲੇ 13 ਸਾਲਾਂ ਵਿੱਚ ਜਦਕਿ ਭਾਰਤ ਦੇ ਸਾਰੇ ਰਾਜ ਸੂਬਿਆਂ ਨੇ ਲਾਗੂ ਕੀਤਾ ਸਾਰੀਆਂ ਜਿਹੜੀ ਯੂਨੀਅਨ ਟੈਰੀਟਰੀਜ਼ ਨੂੰ ਲਾਗੂ ਕੀਤਾ ਈਵਨ ਪੰਜਾਬ ਦੀ ਜਿਹੜੀ ਰਾਜਧਾਨੀ ਚੰਡੀਗੜ੍ਹ ਹੈਗਾ ਉਹਦੇ ਵਿੱਚ ਲਾਗੂ ਹੋ ਗਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਚੰਡੀਗੜ੍ਹ ਦੇ ਜਿਹੜੇ ਈਵਨ ਸਰਕਾਰੀ ਸਕੂਲ ਹੈ ਉਹ ਵੀ ਬਹੁਤ ਮਿਆਰੀ ਵਿੱਦਿਆ ਦਿੰਦੇ ਆ ਉਹਦੇ ਬਾਵਜੂਦ ਵੀ ਚੰਡੀਗੜ੍ਹ ਕੇਂਦਰੀ ਸ਼ਾਸਿਤ ਪ੍ਰਦੇਸ਼ ਹੋਣ ਦੇ ਬਾਵਜੂਦ ਵੀ ਉੱਥੇ ਇਹ ਜਿਹੜਾ ਰਾਈਟ ਟੂ ਐਜੂਕੇਸ਼ਨ ਐਕਟ ਹੈ ਲਾਗੂ ਹੋ ਰਿਹਾ ਹੈਗਾ ਅਤੇ ਇਹਦੇ ਨਾਲ ਹੋਰ ਦੋ ਚਾਰ ਗੱਲਾਂ ਇੱਦਾਂ ਦੀਆਂ ਹੈਗੀਆਂ ਜਿਨ੍ਹਾਂ ਦਾ ਜ਼ਿਕਰ ਕਰਨਾ ਬੜਾ ਜ਼ਰੂਰੀ ਹੈਗਾ ਕਿ ਹਾਈ ਕੋਰਟ ਜਿਹੜੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਹੈ ਬਹੁਤ ਸਾਰੇ ਬੱਚੇ ਉੱਥੇ ਗਏ ਸੀ ਵੀ ਸਾਨੂੰ ਨਾਭੇ ਦਾ ਸਕੂਲ ਹੈ ਜਿਹੜਾ ਦਯਾਨੰਦ ਸੀਨੀਅਰ ਸੈਕੰਡਰੀ ਸਕੂਲ ਹੈ ਉੱਥੇ ਐਡਮਿਸ਼ਨ ਨਹੀਂ ਮਿਲਿਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ 2017 ਵਿੱਚ ਕਿਹਾ ਕਿ ਉਹ ਲਾਗੂ ਕਰੋ ਉਹਨਾਂ ਨੇ ਬੱਚਿਆਂ ਨੂੰ ਐਡਮਿਸ਼ਨ ਦੇ ਦਿੱਤਾ ਲੇਕਿਨ ਉਹ ਤਾਂ 2 ਬੱਚਿਆਂ ਦੀ ਗੱਲ ਸੀ 4 ਬੱਚਿਆਂ ਦੀ ਗੱਲ ਸੀਗੀ ਹੁਣ ਪੰਜਾਬ ਦੇ ਲੱਖਾਂ ਬੱਚੇ ਤਾਂ ਹਾਈ ਕੋਰਟ 'ਚ ਨਹੀਂ ਜਾ ਸਕਦੇ ਉਹ ਵੀ ਪੰਜਾਬ ਸਰਕਾਰ ਨੇ ਉਹ ਹੁਕਮ ਲਾਗੂ ਨਹੀਂ ਕੀਤੇ ਸਿਵਾਏ ਕਿ 2 ਬੱਚੇ ਉਹਨਾਂ ਨੇ ਦਯਾਨੰਦ ਜਿਹੜਾ ਸਕੂਲ ਹੈਗਾ ਤਾਂ ਵੀ ਉੱਥੇ ਲਾਗੂ ਕਰ ਉਸ ਤੋਂ ਬਾਅਦ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲ ਕਾਸਟ ਜਿਹੜਾ ਇੱਕ ਕੇਂਦਰ ਦੀ ਸੰਵਿਧਾਨਿਕ ਸੰਸਥਾ ਹੈ ਉੱਥੇ ਸਰਦਾਰ ਕਪਾਲ ਸਿੰਘ ਜੀ ਸਾਡੇ ਨਾਲ ਬੈਠੇ ਨੇ ਇਹਨਾਂ ਨੇ ਆਪਣੀ ਅਪੀਲ ਕੀਤੀ ਕਿ ਵੀ ਇਹ ਕਾਨੂੰਨ ਪੰਜਾਬ ਦੇ ਵਿੱਚ ਲਾਗੂ ਨਹੀਂ ਹੋ ਗਿਆ ਇਹਨੂੰ ਲਾਗੂ ਕਰਨਾ ਪੜਦਾ ਹੈਗਾ ਲੇਕਿਨ ਪੰਜਾਬ ਸਰਕਾਰ ਨੇ ਉਹਨਾਂ ਨੇ ਇੱਕ ਕਮਿਸ਼ਨ ਨੇ ਕਿਹਾ ਸੀਗਾ ਕਿ ਮੰਨ ਜੋ ਕਮਿਸ਼ਨ ਦੇ ਜਿਹੜੇ ਜਿਹੜੀ ਅਥਾਰਟੀ ਨੂੰ ਆਪਣੇ ਇਸਤੇਮਾਲ ਕਰਦੇ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ 7-4 ਕਾਨੂੰਨ ਹੈਗਾ ਰੂਲ ਹੈਗਾ ਆਪਣੇ ਤੁਸੀਂ ਜਿਹੜੇ ਪੰਜਾਬ ਦੇ ਬਣਾਏ ਆ ਉਹਨੂੰ ਤੁਸੀਂ ਵਿਦਰਾਹ ਕਰੋ ਉਹਨੂੰ ਤੁਸੀਂ ਰੱਦ ਕਰੋ ਕਿਉਂਕਿ ਜਿਹੜਾ ਕੇਂਦਰ ਦਾ ਸਰਕਾਰ ਦਾ ਰੂਲ ਹੈਗਾ ਕਾਨੂੰਨ ਹੈਗਾ ਉਹ ਕਹਿੰਦਾ ਤੁਸੀਂ 25% ਬੱਚਿਆਂ ਨੂੰ ਦਾਖਲੇ ਦੇਣੇ ਆ ਪੰਜਾਬ ਸਰਕਾਰ ਦਾ ਸਿੱਧਾ ਹੀ ਰੂਲ ਸੀਗਾ ਕਿ ਜਿਹੜੇ ਆਪਣੇ 7-4 ਬਣਾਇਆ ਉਹ ਤਾਂ ਉਹਦੀ ਉਲੰਘਣਾ ਹੋ ਗਈ ਕਿ ਵੀ ਅਸੀਂ ਤਾਂ ਪਹਿਲਾਂ ਸਰਕਾਰੀ ਦੇਵਾਂਗੇ ਹੁਣ ਮੈਂ ਜਿਹੜੀ ਰਾਈਟ ਟੂ ਐਜੂਕੇਸ਼ਨ ਦੀ ਗੱਲ ਕਰਨਾ ਜਿਹੜਾ ਆਰਟੀਕਲ 21 ਦੇ ਵਿੱਚ ਇਹਨਾਂ ਨੇ ਫੰਡਾਮੈਂਟਲ ਰਾਈਟ ਬਣਾਇਆ ਉਹਦੇ ਵਿੱਚ ਇੱਕ ਮਹੱਤਵਪੂਰਨ ਜਿਹੜੀ ਗੱਲ ਸਮਝਣ ਵਾਲੀ ਉਹ ਇਹ ਹੈਗੀ ਆ ਉਹ ਕਹਿੰਦਾ ਵੀ ਸਰਕਾਰ ਕਾਨੂੰਨ ਬਣਾਏਗੀ ਸਰਕਾਰ ਨੇ ਕਾਨੂੰਨ ਬਣਾ ਦਿੱਤਾ ਰਾਈਟ ਟੂ ਐਜੂਕੇਸ਼ਨ ਐਕਟ ਬਣਾ ਦਿੱਤਾ ਅਤੇ ਉਹਦੇ ਅਗੇਂਸਟ ਕੋਈ ਵੀ ਸਰਕਾਰ ਅਗਰ ਕਾਨੂੰਨ ਬਣਾਉਂਦੀ ਆ ਤਾਂ ਉਹ ਮੰਨਿਆ ਨਹੀਂ ਜਾਊਗਾ ਉਹ ਲੀਗਲ ਨਹੀਂ ਹੋਊਗਾ ਉਹਦੀ ਜਿਹੜੀ ਹੈ ਲੀਗਲ ਸੈਂਕਟੀ ਨਹੀਂ ਹੋਏਗੀ ਉਹਦੀ ਕੰਸਟੀਟਿਊਸ਼ਨੈਲਿਟੀ ਨਹੀਂ ਹੋਏਗੀ ਲੇਕਿਨ ਪੰਜਾਬ ਸਰਕਾਰ ਨੇ ਉਹਦੀ ਵੀ ਪਰਵਾਹ ਨਹੀਂ ਕੀਤੀ ਅਤੇ ਲੇਕਿਨ ਆਪਣੇ ਜਿਹੜੇ ਰੂਲ ਸੀਗੇ ਪੰਜਾਬ ਰਾਈਟ ਟੂ ਐਜੂਕੇਸ਼ਨ ਰੂਲ 2011 ਬਣਾ ਦਿੱਤੇ ਜਿਹਦੇ ਕਰਕੇ ਅੱਜ ਤੱਕ ਇੱਕ ਵੀ ਬੱਚੇ ਦਾ ਐਡਮਿਸ਼ਨ ਨਹੀਂ ਹੋ ਸਕਿਆ ਇਹਦੇ ਵਿੱਚ ਮੈਂ ਹੋਰ ਗੱਲ ਕਰਨੀ ਚਾਹੁੰਦਾ ਕਿ ਜਿਹੜਾ ਆਰਟੀਕਲ ਸੰਵਿਧਾਨ ਦਾ 254 ਆ ਇਹ ਬਹੁਤ ਮਹੱਤਵਪੂਰਨ ਇਹ ਗੱਲ ਸਮਝਣ ਵਾਲੀ ਹੈ ਉਹ ਕਹਿੰਦਾ ਕਿ ਅਗਰ ਕਿਸੇ ਵੀ ਵਿਸ਼ੇ ਦੇ ਉੱਪਰ ਕੇਂਦਰ ਸਰਕਾਰ ਕਾਨੂੰਨ ਬਣਾਉਂਦੀ ਹੈ ਪਾਰਲੀਮੈਂਟ ਆਫ ਇੰਡੀਆ ਬਣਾਉਂਦੀ ਹੈ ਅਤੇ ਅਗਰ ਉਸੇ ਵਿਸ਼ੇ ਦੇ ਉੱਪਰ ਰਾਜ ਸਰਕਾਰ ਕਾਨੂੰਨ ਬਣਾਉਂਦੀ ਆ ਤਾਂ ਕੇਂਦਰ ਸਰਕਾਰ ਦਾ ਕਾਨੂੰਨ ਮੰਨਿਆ ਜਾਊਗਾ ਕੇਂਦਰ ਸਰਕਾਰ ਦਾ ਕਾਨੂੰਨ ਬਣਾਇਆ ਪਾਰਲੀਮੈਂਟ ਨੇ ਰਾਈਟ ਟੂ ਐਜੂਕੇਸ਼ਨ ਐਕਟ ਉਹ ਕਹਿੰਦਾ 25% ਐਡਮਿਸ਼ਨ ਦੇਣੇ ਪ੍ਰਾਈਵੇਟ ਅਨਰੇਟਡ ਸਕੂਲਾਂ ਵਿੱਚ ਅਤੇ ਪੰਜਾਬ ਸਰਕਾਰ ਕਹਿੰਦੀ ਅਸੀਂ ਨਹੀਂ ਦੇਣੀ ਪੰਜਾਬ ਸਰਕਾਰ ਕਹਿੰਦੀ ਤੁਸੀਂ ਸਰਕਾਰੀ ਸਕੂਲਾਂ ਦੇ ਵਿੱਚ ਜਾਓ ਅਤੇ ਉਹਦੇ ਨਾਲ ਇੱਕ ਮਹੱਤਵਪੂਰਨ ਗੱਲ ਤੁਹਾਨੂੰ ਪਤਾ ਹੀ ਹੈ ਕਿ ਜੇ ਪੰਜਾਬ ਦੇ ਜਿਹੜੇ ਅਫਸਰ ਹੈ ਅਧਿਕਾਰੀ ਹੈ ਐਮਐਲਏ ਸਾਹਿਬਾਨ ਹੈ ਮਨਿਸਟਰ ਹੈ ਜਾਂ ਹੋਰ ਈਵਨ ਐਜੂਕੇਸ਼ਨ ਮਹਿਕਮੇ ਦੇ ਮੁਲਾਜ਼ਮ ਵੀ ਹੈਗੇ ਉਹਦੇ ਸਾਰੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ ਅਤੇ ਪੰਜਾਬ ਸਰਕਾਰ ਇਹਨੂੰ ਲਾਗੂ ਨਹੀਂ ਕਰ ਰਹੀ ਇਹਦੀ ਇੱਕ ਬਹੁਤ ਅੰਡਰਸਟੈਂਡ ਕਰਨ ਲਈ ਵੀ ਤੁਸੀਂ ਇਹ ਪੁੱਛੋਗੇ ਵੀ ਕਿਉਂ ਨਹੀਂ ਲਾਗੂ ਕਰ ਰਹੀ ਉਹ ਕਹਿੰਦੇ ਸਾਡੇ ਸਰਕਾਰੀ ਸਕੂਲਾਂ ਦੀ ਵਿੱਦਿਆ ਬੜੀ ਪਿਆਰੀ ਹੋ ਗਈ ਹੈ ਬਹੁਤ ਕੁਆਲਿਟੀ ਅੱਛੀ ਹੋ ਗਈ ਹੈ ਅਤੇ ਜੇ ਅੱਛੀ ਹੋ ਗਈ ਆ ਵੀ ਫਿਰ ਸਾਰੇ ਪੰਜਾਬ ਦੇ ਸਰਕਾਰ ਦੇ ਵਿੱਚ ਰੂਲ ਬਣ ਜਾਣਾ ਚਾਹੀਦਾ ਕਿ ਮੰਤਰੀ ਸਾਹਿਬਾਨ ਦੇ ਬੱਚੇ ਐਮਐਲਏ ਸਾਹਿਬਾਨ ਦੇ ਬੱਚੇ ਅਧਿਕਾਰੀਆਂ ਦੇ ਬੱਚੇ ਆਈਏ ਅਫਸਰਾਂ ਦੇ ਬੱਚੇ ਡਾਕਟਰ ਇੰਜੀਨੀਅਰ ਦੇ ਬੱਚੇ ਈਵਨ ਐਜੂਕੇਸ਼ਨ ਮਹਿਕਮੇ ਦੇ ਬੱਚੇ ਉਹਦੇ ਵੀ ਸਰਕਾਰੀ ਸਕੂਲਾਂ 'ਚ ਪੜ੍ਹਨੇ ਚਾਹੀਦੇ ਆ ਲੇਕਿਨ ਹਕੀਕਤ ਜ਼ਮੀਨੀ ਹਕੀਕਤ ਤਾਂ ਤੁਹਾਨੂੰ ਵੀ ਪਤਾ ਸਭ ਨੂੰ ਪਤਾ ਬੜੀ ਹੋਰ ਹੈਗੀ ਆ ਅਤੇ ਉਹ ਵਜੀਦ ਨੇ ਕਿ ਇਹਨੂੰ ਅਸੀਂ ਲਾਗੂ ਨਹੀਂ ਕਰਨਾ ਮਤਲਬ ਕਿ ਸੰਵਿਧਾਨ ਦੀ ਵੀ ਉਲੰਘਣਾ ਹੋ ਰਹੀ ਆ ਸੰਵਿਧਾਨ ਦੀ ਗੱਲ ਵੀ ਨਹੀਂ ਮੰਨ ਰਹੇ ਪਾਰਲੀਮੈਂਟ ਦੇ ਕਾਨੂੰਨ ਬਣਾਏ ਦੀ ਵੀ ਗੱਲ ਨਹੀਂ ਮੰਨ ਰਹੇ ਔਰ ਆਪਣੀ ਜਿੱਤੇ ਅੜੇ ਹੋਏ ਆ ਕਿ ਅਸੀਂ 13 ਸਾਲ ਹੋ ਗਏ ਆ ਔਰ ਇੱਕੋ ਹੀ ਇੱਕ ਸੂਬਾ ਜਿਹਨੂੰ ਅਸੀਂ ਅਗਾਂਹ ਵਧੂ ਸੂਬਾ ਮੰਨਦੇ ਹਾਂ ਉਹਦੇ ਵਿੱਚ ਪਿਛਾਂਹ ਖਿੱਚੂ ਜਿਹੜੀਆਂ ਪ੍ਰਵਿਰਤੀਆਂ ਨੇ ਉਹ ਬੜੀਆਂ ਭਾਰੂ ਨੇ ਅੱਜ ਤੱਕ ਇੱਕ ਵੀ ਬੱਚੇ ਨੂੰ ਇਹ ਜਿਹੜਾ ਕਾਨੂੰਨ ਹੈ ਉਹ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਇਆ ਇੱਕ ਜਿਹੜੀ ਆਪਣੀ ਸਮਝਣ ਦੀ ਲੋੜ ਹੈ ਕਿ 25% ਪਾਰਲੀਮੈਂਟ ਨੇ ਕਿਉਂ ਬਣਾਇਆ ਸੀਗਾ ਉਹ ਕਹਿੰਦੇ ਸੀ ਇੱਕ ਬੜੀ ਰੀਅਲ ਇੰਟੈਂਸ਼ਨ ਜਿਹੜੀ ਸੀਗੀ ਇਹਨਾਂ ਦੀ ਇਹ ਸੀਗੀ ਕਿ ਵੀ ਅਸੀਂ ਜਿਹੜੇ ਗਰੀਬਾਂ ਦੇ ਬੱਚਿਆਂ ਨੂੰ ਵੀ ਮਿਆਰੀ ਵਿੱਦਿਆ ਮਿਲਣੀ ਚਾਹੀਦੀ ਹੈ ਇਸ ਕਰਕੇ ਵੀ 100% ਤਾਂ ਨਹੀਂ ਦੇ ਸਕਦੇ ਪ੍ਰਾਈਵੇਟ ਸਕੂਲਾਂ 'ਚ ਘੱਟੋ ਘੱਟ 25% ਬੱਚਿਆਂ ਨੂੰ ਤਾਂ ਮਿਆਰੀ ਵਿੱਦਿਆ ਮਿਲਣੀ ਚਾਹੀਦੀ ਪ੍ਰਾਈਵੇਟ ਸਕੂਲਾਂ ਜਾਣਾ ਚਾਹੀਦਾ ਔਰ ਇਹਦੇ ਵਿੱਚ ਹੋਰ ਗੱਲ ਮਹੱਤਵਪੂਰਨ ਜਿਹੜੀ ਨੋਟ ਕਰਨ ਵਾਲੀ ਹੈ ਕਿ ਇਹਦਾ ਜਿਹੜਾ ਖਰਚਾ ਆ ਈਵਨ 25% ਪ੍ਰਾਈਵੇਟ ਸਕੂਲਾਂ ਦਾ ਜਿਹੜਾ ਖਰਚਾ ਆ ਉਹਦੀ ਰੀਇੰਬਰਸਮੈਂਟ ਉਹਦੀ ਅਦਾਇਗੀ ਸਰਕਾਰ ਨੇ ਪੰਜਾਬ ਸਰਕਾਰ ਨੇ ਕਰਨੀ ਸੀ ਜਿੱਦਾਂ ਕਿ ਬਾਕੀ ਰਾਜਾਂ ਦੀਆਂ ਸਰਕਾਰਾਂ ਕਰ ਰਹੀਆਂ ਲੇਕਿਨ ਉਹ ਪੰਜਾਬ ਦੇ ਵਿੱਚ ਵੀ ਲਾਗੂ ਨਹੀਂ ਹੋਇਆ ਇਹਦਾ ਆਪਣੇ
अपील की उन्होंने हुक्म जारी किए कि तुम इस एक्ट को अपने जो रूल बनाए उन्होंने विड्रा करो। उन्होंने विड्रा करने की बजाय दो महत्वपूर्ण अपने नुकते दसे पॉइंट दसे आर्गूमेंट दसे जिसे कहा गया कि नंबर एक भी ये उपर अगर लागू करते हैं 25% एडमिशन है तकरीबन 75,000 बच्चा जो असी अंकड़े देखे ने कि हर साल 2.5-3 लाख बच्चा पहली क्लास के दाखिल होंगे तो वो जी गिनती असी की गई है पिछले 13 साल 10 लाख बच्चा बनता है तो वो मुताबक की हैगा कि भाई अगर सरकार कहती असी दिने इनू प्राइवेट स्कूलों के बच्चों को भेजते हैं तो साढ़ा 1500 करोड़ रुपया खर्चा होगा। पहली गल तो ये तथ्यहीन गल हैगी है, ये फैक्चुअली इनकरैक्ट गल हैगी, 1500 करोड़ खर्च नहीं आएगा क्योंकि जे बच्चे उही बच्चे सरकारी स्कूलों च पढ़न तो खर्चा उन्होंने भी आना सरकार ने करना, उही बच्चे प्राइवेट स्कूलों च पढ़न तो पंजाब का जिहड़ा पर चाइल्ड एक्सपेंडिचर है स्कूलों का वो ही प्राइवेट स्कूलों उन्होंने वो अदायगी करनी रिवर्समेंट करनी, अगर 1200 खर्चा है तो 1200 महीने का उन्होंने जाएगा, अगर 1500 खर्चा सरकारी स्कूल के तो वही प्राइवेट स्कूल में जाएगा, तो जे 3500 स्कूल की प्राइवेट स्कूल की फीस हैगी है तो 3500 की जगह 1200 जाए जाएगा, तो यह तथ्यहीन गल हैगी जिहड़े पंजाब सरकार ने आर्गूमेंट दिता जी। दूजा यह किया गया सीगा कि इहदे नाल प्राइवेट स्कूल नूं फायदा होएगा जां उन्हां नूं बेनीफिट होएगा, यह प्राइवेट स्कूलों समा के बेनीफिट होने की बजाय उन्हें नुकसान होना सीगा क्योंकि 3500-4000 फीस जी मंथली वो बजाए इन्हों 1200 मिलना से 1500 मिलना से 1700 मिलना या 800 रुपया मिलना सीगा जो पर चाइल्ड एक्सपेंडिचर एक साल का आता है। जरा असी ये बारे जिनी भी चर्चा की है बहुत ये बारे जो जिन्या भी गल्ला बातें ने ते वो अज तक लागू नहीं होया। तो उस तो बाद मैं ये भी कहना चाहता कि बहुत सारिया चिट्ठिया लिखी गई हैं, बहुत सारे साथियों वालों लिखी गई हैं, संस्थावान वालों लिखी गई हैं, असी भगवंत सिंह मान जी CM साहब नूं भी ईवन जिस वेले कानून बनया सीगा उस वेले मैं याद करवाना चाहता कि जिहड़े अकाली दल ते BJP की अलायंस सरकार सी प्रोफेसर हरप्रकाश सिंह बादल जी उस वेले मुख्यमंत्री सीगे, 10 साल उन्होंने सरकार लंघ गई, कांग्रेस की सरकार 2017-2021 तक बनी उन्होंने भी लागू नहीं किया, उन्होंने सरकार वेले कृपाल सिंह जी ने भी लिखा, होर बहुत सारिया संस्थावान लिखिया, राइट जिहड़ा नैशनल कमीशन फॉर स्टूडकास्ट है उन्होंने हुक्म भी आ गए, फिर नैशनल NCPCR नैशनल कमीशन फॉर द प्रोटेक्शन ऑफ चाइल्ड राइट उन्होंने भी हुक्म आ गए उन्होंने भी लागू नहीं किया, फिर हाईकोर्ट के हुक्मों भी लागू नहीं किया, फिर प्राइम मिनिस्टर साहब न राष्ट्रपति केंद्रीय सरकार दे जो एजुकेशन महकमा उन्होंने भी हदायत आ गई उन्होंने भी इन्होंने लागू नहीं किया। तो रलाप ना कि जी सारी गल ये आँगी कि पंजाब सरकार जो अगा बधू सूबा मनिया जाता है वो भी ये कानून लागू नहीं होया और बहुत ही चिंता का विषय है कि भाई एक इदा के राज के जिन्होंने अभी बहुत प्रोग्रेसिव स्टेट बनते हैं वो भी ये कानून लागू नहीं होया, यह बहुत ही चिंता का विषय है कि असी इन चिट्ठिया लिखिया उन्होंने तो समा भी मंगया संस्थावान ने भी लिखा भी सानू मिलने का समा दो अभी थानू एक्सप्लेन करना चाहते भी तुम इन क्यों नहीं लागू कर रहे। हरपाल सिंह चीमा जी मिले कृपाल सिंह जी असी कई MLA साहबान चिट्ठिया लिखिया मंत्रियों चिट्ठिया लिखिया गवर्नर साहब भी चिट्ठिया लिखिया राष्ट्रपति प्राइम मिनिस्टर चिट्ठिया लिखिया लेकिन सारी जे जिन्हें भी एफर्ट्स हुए हैं जो भी कोशिशा हुई ने उन्होंने नतीजा यही आ कि चिट्ठिया गई ने लेकिन उन्होंने उपर कार्रवाई कोई नहीं हुई और ये बच्चों की सिक्ख्या के नाल उन्होंने फ्यूचर के नाल उन्होंने जिहड़ा रुजगार हैगा जिहड़ी जिंदगी है उहदे नाल खिलवाड़ किया जा रहा कि सिर्फ पंजाब सरकार ही जां पंजाब सूबा ही एक इदां सूबा जिथे ये कानून लागू नहीं होया। कि देखो हुण पंजाब सरकार आई है विद्यक म्यारी नूं वधाउण दा सब तों वड्डा हुक्का उहनां दा सी अज दे समें च कि विद्यक जिहड़े गवर्नमेंट स्कूल ने उहनां दा विद्यक म्यार है उपर होया जां नीवां होया पंजाब दे विच जो विद्यक म्यार है वो कहने तो खबर लगिया हुई हैं बहुत है पर वर्चुअली उत्थे स्कूल टीचर नहीं है स्कूल जो टीचर नहीं है की पढ़ाओगे इत्थे तो खबर लगी सी अपने मोहाली जिले की हुई वो कहे सी भी एक टीचर है एक मिडल स्कूल च किवें पढ़ाओगे 8 साल 8 क्लासां यह सवाल है भी जदों एक मोहाली जो जिला है ये अपने चंडीगढ़ के नेड़े है इतने तो सीट ऊँ लोग बदली कराने वास्ते नेड़े आ इतने सीटा खाली पईआं है तो उधर अमृतसर के या उधर बठिंडे साइड बाहर बॉर्डर पर उत्थे स्कूलों का क्या हालत हो जो चंडीगढ़ के नेड़े अपने मोहाली नेड़े हाल और तुहानू पता है आपां दस्सिया कि पंजाब के जिहड़े मंत्री साहबान ने MLA साहबान ने अधिकारी ने अमीर लोग ने उन्होंने सारे बच्चे प्राइवेट स्कूलों जाते जे मतलब इस गल्ल नूं मन ही लिया जाए
कि सरकारी स्कूलों का म्यार इन्ना वधिया तां असीं तां इहदे विच वी लिखिया होया कि फिर सरकार नूं एक निजम बना देना चाहिए है कि प्राइवेट स्कूल बंद करके सरकारी स्कूलों के एक रूल बना दो भी पंजाब के सारे बच्चे उत्थे पढ़नगे। रूल जिहड़ा हैगा इहदी अमेंडमेंट तुरंत करनी बनती है। जिथों तक दिल्ली का सवाल हैगा, दिल्ली के जिहड़ा हैगा इदां दी जिहड़ी रोक कोई भी हैगी, जे दिल्ली च कोई रोक नहीं तो दिल्ली च भी मैरी स्कूल ने तो उत्थे क्यों हैगा? मतलब है कि आम आदमी पार्टी ने जो उन्हां नूं विरसे च मिलिया उस नाल छेड़छाड़ नहीं की। पंजाब चो विरसे च मिलिया कि रोक लगी है तो रोक लगी रहन दिओ, दिल्ली च विरसे च मिले रोक नहीं लगी है तो जान दिओ 25% कोटा दे जाओ। ये गल गलत हैगी है। अपने बच्चों का देखो जिहड़े कमजोर वर्ग नाल गरीब वर्ग नाल बच्चे ने 10 लाख जिद्दां दस्सिया अमराज जी ने उन्हां दा ऑलरेडी नुकसान हो चुका हैगा। जे म्यारी ये स्कूल नहीं हन तो जलियावाला गुरु च ब्यास विच खाले तक जाके तो प्राइवेट स्कूलों के बड़े बड़े पिंडां दे विच खुले हुए ने हुण ये कॉन्वेंट स्कूल क्रिश्चियन स्कूल जिन्होंने आप कहने तो क्यों खुले ने? उन्होंने मार्केट मिल रही है ना, जिहड़े लोग अफोर्ड कर सकते अपने बच्चों को वर्दी शर्दी टाई शाई लवा के भेज रहे हैं ना। तो ये गरीब लोगों ने की जुलम किया है कि इन्हों टेस्ट तक भी नहीं लैन दिता जा रहा, उन्होंने उन्होंने गेट भी टप्पण की इजाजत नहीं हैगी। और इस मतलब मैं समझागा कि सानू सारे इकट्ठे हो के जिहड़े गरीब वर्ग के लोग इस जाति का कोई सवाल नहीं है, इस जाति नहीं है इनकम हैगी है, उन्हें सारे इकट्ठे होकर पंजाब में डिमांड करना चाहिए। ये जे अगर ऐसी गल हैगी है तो फिर प्राइवेट स्कूलों को अगों तो हूँ ऑब्जेक्शन देने बंद कर दें, आप कंसनट्रेट सरकारी स्कूल पर करिए। मैं खुद प्रिंसीपल सैकटरी एजुकेशन नाल गल की, अमराज जी के सामने मेरे को आए सुने, उसने तो पैरों से पानी नहीं पाया, साढ़े स्कूल बोर्ड म्यारी ने। जे स्कूल म्यारी ने तो हरजोत सिंह बैंस मोहाली के मोढ़ स्कूल च गया है, वो आप कह रहे हैं कि जी दो इतने टीचर ने, स्कूल की बिल्डिंग की फोटो हैगी है बोर्ड के उत्ते, देखी होनी तुम्हें खबर छापी है, बोर्ड पर हरजोत सिंह कुछ लिख भी रहा है, देखो मंत्री जी खुद लिख रहे हैं। और कंप्यूटर जोड़े आए ने सर्व शिक्षा अभियान के जब तो आए तो बंद पे ने, उस तो बाद हरजोत सिंह जी कुराली के कोल स्कूल जाते हैं, उत्थे भी यही हाल है। मेरा क्वेश्चन हैगा कि अगर जी सा कैपीटल के मुढ़ जी सरकार का जिते धुरा है वो लागे चागे के स्कूलों का यह हाल आ, तो नोट जैमल सिंह के स्कूलों का की हाल है, धार ब्लॉक के स्कूलों का की हाल है, खालड़े पट्टी बलडोआ सबरावान उन्होंने फिरोजपुर उन्होंने स्कूलों का की हाल है? वो कहते भी जे 25% बच्चे सरकारी स्कूल तो इधर एडमिशन लैन गए उधरों पोस्टा घट जाएगी इंप्लॉयमेंट फैलेगी, ये इन्होंने सवाल पाया है। ये सरा साहब 13 साल तो यह एक्ट पंजाब में छड़ के सारी इंडिया चल रहा, कितने प्रॉब्लम नहीं आई। ईवन तुम हैरान हो गए दिल्ली के जिते आपकी सरकार है उत्थे बड़ी कामयाबी नाल चल रहा है, उत्थे कोई प्रॉब्लम नहीं आई है, इतने भी कोई अनइंप्लॉयमेंट वाली गल नहीं होगा। अज की जी प्रेस कॉन्फ्रेंस जी की जा रही है वह जो मुख्य मुद्दा यह है जो ब्रीफ के पॉइंट आया कि राइट टू एजुकेशन एक्ट दे एक्ट जिहड़ा पंजाब है पार्लीमेंट ने बनाया सीगा 2009 दे विच जिहड़ा सैक्शन 12(1)(c) हैगा उहदे मुताबक जिहड़े 25% प्राइवेट अनएडेड स्कूलों में एडमिशन मिलने वो गरीब बच्चों को मिलने हैगे आ, तो वो उहदे विच इकोनॉमिक क्राइटेरिया के मुताबक बच्चों अनएडेड मिलने एडमिशन मिलता है। ये केंद्र ने बनाया गया कानून सीगा, केंद्र ने बनाया जी पार्लीमेंट ने बनाया सीगा, वो इंडिया के सारे राज्यों में लागू हो गया लेकिन पंजाब दे विच लागू नहीं होया। पंजाब दे विच लागू क्यों नहीं होया? क्योंकि पंजाब सरकार ने जदों इहनू एक्ट नूं लागू करन लई हर सरकार ने रूल बनाउणे हुंदे आ, इन्हां ने अपने रूल बनाए निजम बनाए 2011 दे विच बनाए, 1.5 साल बाद बनाए 10 अक्टूबर 2011 नूं रूल बनाए। और इहदे विच इक जिहड़ा महत्वपूर्ण रूल बनाया जिहदे बारे असीं जिक्र कर रहे हां 7(4) दे मुताबक भी ये कहते भी जो बच्चे आ पहले सरकारी स्कूलों में जाए, जे सरकारी स्कूल के एडमिशन नहीं मिलता उतों NOC लैके प्राइवेट अनएडेड स्कूलों में जा फिर इन्हें एडमिशन मिलेगा। लेकिन पिछले 13 साल 2010 तो लैके 2023 तक एक भी बच्चे एक भी NOC नहीं मिलया, जिस करके 13 साल 10 लाख बच्चों प्राइवेट अनएडेड स्कूलों में एडमिशन नहीं मिल सकिया, जिस करके उन्होंने म्यारी विद्या नहीं मिल सकी, मल्टी एजुकेशन नहीं मिल सकी, उन्होंने जोड़ा भविख सगा जी इन्हों अच्छी क्वालिटी मिलनी सी, एजुकेशन मिलनी सी, उन्होंने रुजगार मिलना सगा, उन्होंने भविख उज्ज्वल होना सगा, ब्राइटर होना सगा,
ਉਹ ਸਰਕਾਰ ਦੇ 7-4 ਜਿਹੜਾ ਰੂਲ ਬਣਾਇਆ ਪੰਜਾਬ ਰਾਈਟ ਟੂ ਐਜੂਕੇਸ਼ਨ ਰੂਲ 2011 ਉਹਨਾਂ ਨੇ ਜਿਹੜੀ ਇਹ ਮੱਤ ਪਾ ਦਿੱਤੀ ਆ ਜਿਹੜੀ ਕਿ ਗੈਰ ਸੰਵਿਧਾਨਿਕ ਹੈਗੀ ਆ ਗੈਰ ਕਾਨੂੰਨੀ ਆ ਉਹਦੇ ਕਰਕੇ ਪੰਜਾਬ ਸਰਕਾਰ ਨੇ ਜਿਹੜੇ ਗਰੀਬ ਬੱਚਿਆਂ ਦੀ ਪੜ੍ਹਾਈ ਦੇ ਉੱਪਰ ਇੱਕ ਬਹੁਤ ਵੱਡਾ ਹਮਲਾ ਕੀਤਾ ਪ੍ਰਹਾਰ ਕੀਤਾ ਹੈਗਾ ਅਟੈਕ ਕੀਤਾ ਹੈਗਾ ਕਿ ਵੀ ਇਹ ਅਸੀਂ ਲਾਗੂ ਨਹੀਂ ਕਰਨਾ ਕੇਂਦਰ ਸਰਕਾਰ ਦਾ ਬਣਾਇਆ ਗਿਆ ਕਾਨੂੰਨ ਕਿ ਹਰ ਸੂਬੇ ਨੂੰ ਹਰ ਸਰਕਾਰ ਨੂੰ ਯੂਨੀਅਨ ਟੈਰੀਟਰੀ ਨੂੰ ਲਾਗੂ ਕਰਨਾ ਹੁੰਦਾ ਲੇਕਿਨ ਪੰਜਾਬ ਸਰਕਾਰ ਨਾ ਸੰਵਿਧਾਨ ਨੂੰ ਮੰਨਦੀ ਆ ਨਾ ਸਕੂਲਾਂ ਨੂੰ ਮੰਨਦੀ ਆ ਅਤੇ ਨਾ ਹੀ ਗਰੀਬ ਬੱਚਿਆਂ ਦੀ ਪੜ੍ਹਾਈ ਦੇ ਬਾਰੇ ਫਿਕਰਮੰਦ ਹੈ ਇਹ ਬਰੀਫ ਦੇ ਵਿੱਚ ਇਹ ਸਰ ਕੋਈ ਅਲਟੀਮੇਟਮ ਵੀ ਦੇ ਰਹੇ ਹੋ ਸਰਕਾਰ ਨੂੰ ਕਿ ਜੇ ਕੋਈ ਅੱਜ ਦੀ ਕਾਨਫਰੰਸ ਕੀਤੀ ਹੈਗੀ ਕੋਈ ਟਾਈਮ ਦਿਓਗੇ ਕਿ ਪਹਿਲਾਂ ਅਸੀਂ ਕਿਰਪਾਲ ਸਿੰਘ ਜੀ ਬੜੇ 10 ਸਾਲ ਤੋਂ ਲੱਗੇ ਹੋਏ ਆ ਅਸੀਂ ਬੜੇ ਸਾਲਾਂ ਤੋਂ ਲੱਗੇ ਹੋਏ ਹਾਂ ਬਹੁਤ ਸਾਰੀਆਂ ਸੰਸਥਾਵਾਂ ਲੱਗੀਆਂ ਨੇ ਬਹੁਤ ਸਾਰੇ ਵਿਅਕਤੀ ਲੱਗੇ ਹੋਏ ਨੇ ਵਿਅਕਤੀਗਤ ਪੱਧਰ 'ਤੇ ਵੀ ਲੱਗੇ ਆ ਔਰ ਸੰਸਥਾਵਾਂ ਦੇ ਤੌਰ 'ਤੇ ਵੀ ਲੱਗੇ ਆ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੀ ਲਿਖਿਆ ਭਗਵੰਤ ਮਾਨ ਨੂੰ ਵੀ ਲਿਖਿਆ ਜਿਹੜੇ ਉਹ 10 ਸਾਲਾਂ ਤੋਂ ਪੰਜਾਬ ਸਰਕਾਰ ਦੇ ਚਾਹੇ ਅਕਾਲੀ ਦਲ ਸਰਕਾਰ ਸੀ ਚਾਹੇ ਕਾਂਗਰਸ ਸਰਕਾਰ ਸੀ ਚਾਹੇ ਆਮ ਆਦਮੀ ਪਾਰਟੀ ਸਾਰਾ ਲਿਖਿਆ ਗਿਆ ਜਿੰਨੀਆਂ ਵੀ ਈਵਨ ਨੈਸ਼ਨਲ ਐਸ ਸੀ ਕਮਿਸ਼ਨ ਨੂੰ ਵੀ ਲਿਖਿਆ ਨੈਸ਼ਨਲ ਚਾਈਲਡ ਰਾਈਟ ਜਿਹੜੇ ਕਮਿਸ਼ਨ ਉਹਨਾਂ ਨੂੰ ਵੀ ਲਿਖਿਆ ਹਾਈ ਕੋਰਟ ਦੇ ਹੁਕਮ ਵੀ ਆ ਗਏ ਨੇ ਏ ਜੀ ਦੀ ਰਿਪੋਰਟ ਵੀ ਆ ਗਈ ਆ ਉਹਨੂੰ ਵੀ ਲਾਗੂ ਨਹੀਂ ਕਰ ਰਹੇ ਸਾਡਾ ਅਸੀਂ ਇਸ ਕਰਕੇ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਜੀ ਇਹ ਵੀ ਸਾਡੇ ਐਕਸ਼ਨ ਪਲਾਨ ਦਾ ਹਿੱਸਾ ਹੈਗਾ ਕਿ ਅਸੀਂ ਆਪਣੀ ਗੱਲ ਮੀਡੀਆ ਦੇ ਰਾਹੀਂ ਅਸੀਂ ਅਖਬਾਰ ਦੇ ਰਾਹੀਂ ਅਸੀਂ ਟੀਵੀ ਦੇ ਰਾਹੀਂ ਅਸੀਂ ਪ੍ਰੈਸ ਦੇ ਰਾਹੀਂ ਉਠਾਈਏ ਜਿਹੜੀ ਆਵਾਜ਼ ਆ ਸਰਕਾਰ ਤੱਕ ਪਹੁੰਚਾਵਾਂਗੇ। ਠੀਕ ਹੈ।